ਤਾੜੀਆਂ ਲਾ ਦੋ ਜੀ, ਗਰਾਰੇ ਕਰਿਆ ਕਰ ਫਰਨੈਲ ਦੇ, ਸਮਝ ਆਈ? ਤਾਂ ਗਲੇ 'ਚ ਫਰਕ ਪੈਣਾ ਤੇਰੇ। ਤਾੜੀਆਂ ਲਾ ਦੋ ਜੀ, ਆਏ ਆ ਵਾਪਸ ਆਏ। ਮੈਂ ਤਾਂ ਗਲੇ 'ਚ ਪੇੜਾ ਨਾ ਲਾ ਦੀ ਇਹਨਾਂ ਦੇ, ਇਹਨਾਂ ਦੇ। ਪਰ ਮੈਂ ਤੁਹਾਡਾ ਫੈਨ ਹੋ ਗਿਆ ਸਰ, ਸੀਰੀਅਸਲੀ। ਅੱਛਾ ਸਰ, ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਮਜ਼ਾਕਪੁਰ 'ਚ ਸੋਚਿਆ ਕਿ ਤੁਸੀਂ ਸ਼ੋਅ ਕਰਨਾ, ਜੀ ਜੀ, ਅਰੇਂਜ ਕਰ ਰਹੇ ਹੋ ਜੀ, ਤੇ ਕੌਣ ਕੌਣ ਹੋਰ ਵੀ ਕੋਈ ਆਏਗਾ ਉੱਥੇ? ਜੀ ਜੀ, ਸਾਰੇ ਆ ਰਹੇ ਆ। ਕਿਹਨਾਂ ਕਿਹਨਾਂ ਨੂੰ? ਦੁੱਖ ਕਾਲੀ ਜੀ ਆ ਰਿਹਾ, ਦੁੱਖ ਕਾਲੀ ਸਾਹਿਬ ਆ ਰਹੇ ਆ, ਉਹਨਾਂ ਨੇ ਸਾਰੇ ਦੁੱਖ ਦੇ ਗੀਤ ਗਾਉਣੇ। ਬੜਾ ਦੁੱਖ, ਹਾਂਜੀ, ਦੁੱਖ ਕਾਲੀ ਸਾਹਿਬ ਵੀ ਆ ਰਹੇ ਨੇ ਜੀ। ਵਾਹ ਵਾਹ ਵਾਹ, ਇਹ ਤੁਹਾਡੇ ਗੁਰੂ ਨੇ? ਨਹੀਂ, ਗੁਰੂ ਨਹੀਂ ਜੀ, ਗੁਰਭਾਈ ਨੇ। ਅੱਛਾ, ਗੁਰਭਾਈ ਨੇ, ਤੁਹਾਡੇ ਕੋਲ ਸੇਮ ਗੁਰੂ ਕੋ ਸੀ ਜੀ ਜੀ। ਤੇ ਤੁਹਾਡੇ ਗੁਰੂ ਸਾਹਿਬ ਦਾ ਕੀ ਨਾਮ ਹੈ? ਉਹਨਾਂ ਦਾ ਨਾਂ ਨਹੀਂ ਲੈ ਸਕਦੇ ਸੀ। ਉਹ ਯਾਦ ਨਹੀਂ ਹੋਣਾ ਤੁਹਾਨੂੰ? ਨਹੀਂ ਯਾਦ ਹੈਗਾ, ਪਰ ਨਾਂ ਨਾਂ ਨਹੀਂ ਲੈ ਸਕਦੇ। ਪਰਮਿੰਦਰ ਨਾਮ ਹੈ ਜੀ ਉਹਨਾਂ ਦਾ। ਨਾਲੇ ਤੁਸੀਂ ਕਿਹਾ ਨਾਂ ਨਹੀਂ ਲੈ ਸਕਦੇ, ਫਿਰ ਲੈ ਤਾਂ ਮੈਂ ਕਿਹਾ ਤੁਸੀਂ ਕਿਹਾ ਵੀ ਯਾਦ ਨਹੀਂ, ਤੇ ਫਿਰ ਗੱਲ ਠੀਕ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਮਿਊਜ਼ਿਕ ਪੜ੍ਹੇ ਹੋ ਜਾਂ ਮਤਲਬ ਸਿਰਫ ਉਦਾਂ ਹੀ ਰਿਆਜ਼ ਕਰ ਕਰਕੇ ਸਿੱਖਿਆ? ਪੀਤਾ ਜੀ, ਪੀਤਾ, ਪੀਤਾ ਮਿਊਜ਼ਿਕ, ਪੀਤਾ ਜੀ ਜੀ। ਕਾਹਦੇ ਨਾਲ ਪੀਤਾ? ਜਦੋਂ ਸਾਰੀਆਂ ਸਾਡੇ ਉਸਤਾਦ ਜੀ ਨੇ ਸੁਰਾਂ ਲੈ ਕੇ ਦੇਤੀਆਂ ਸੀ, ਮੈਂ ਗਲਾਸ ਦੇ ਵਿੱਚ ਘੋਲੀਆਂ ਤੇ ਪੀ ਲੀਆਂ। ਵਾਹ ਵਾਹ, ਉਸ ਤੋਂ ਬਾਅਦ ਤੁਸੀਂ ਗਜ਼ਲ ਗਾਏ? ਬਸ ਰਗਾਂ ਦੇ ਵਿੱਚੋਂ ਐ ਦੌੜਦਾ ਜਿਵੇਂ ਕਾਲਾ ਖੂਨ। ਇਦਾਂ ਦੇ ਸ਼ਗੀਰ ਹੁੰਦੇ ਸਰ ਜਿਹੜੇ ਪੈਰ ਤੋਂ ਕੋਈ ਪੀ ਲੈਂਦੇ ਆ? ਹੁਣ ਇਹ ਯੂਕੇ ਵਾਲੀ ਗੱਲ ਉਧਰ ਜਾਣੀ ਆ। ਹਾਏ ਸਰ, ਫਿਰ ਧੋਣੇ ਪੈਂਦੇ ਆ, ਜ਼ਰੂਰੀ ਵੀ ਹੁੰਦੇ ਕਈ ਵਾਰੀ ਹੋ ਜਾਂਦੇ। ਤੁਸੀਂ ਕਦੀ ਕੀਤਾ? ਆਪੇ ਮੰਨ ਗਈ ਇਹ? ਨਹੀਂ, ਤੁਸੀਂ ਕਦੀ ਕੀਤਾ? ਨਹੀਂ, ਕਰਨਾ ਚਾਹੀਦਾ ਨਾ ਵੈਸੇ ਸਾਡੇ ਸ਼ਗਿਰਦ। ਮੈਨੂੰ ਘਰ ਲਾਉਣ ਦੀ ਹੁਣ ਵਿੱਚ ਕਰਨਾ ਚਾਹੀਦਾ ਕਿ ਇੱਕ ਅੱਧੇ ਬੰਦੇ ਦੀ ਹਾਮੀ ਭਰੀ ਜਾਵੇ ਨਾਲ, ਐਵੇਂ? ਸਾਡੇ ਗੁਰੂ ਜੀ ਇੱਦਾਂ ਨਹੀਂ ਕਰਦੇ ਸੀ। ਹਾਂਜੀ, ਕੀ ਕਰਦੇ? ਉਹ ਜਦੋਂ ਮਤਲਬ ਕੋਈ ਇੱਦਾਂ ਸੇਵਾ ਸੀ ਕਰਨ ਲੱਗਦੇ ਸੀ, ਉਹ ਜਦੋਂ ਤੁਸੀਂ ਰੋਕ ਲੈਂਦੇ ਹੋਣਗੇ, ਵਧੋ ਵਧੀ ਪੈਰ ਪਾ ਦਿੰਦੇ ਹੋ, ਕੀ ਕਰਨ ਦੇ? ਰੋਕ ਲੈਂਦੇ ਸੀਗੇ, ਐਂ ਨਹੀਂ ਕਰਦੇ, ਹੋਰਾਂ ਦੇ ਵਾਂਗੂ ਨਹੀਂ ਕਰਦੇ ਉਹ। ਅੱਛਾ, ਵੀ ਧੋਲਾ ਧੋਲਾ ਪੀਲਾ ਪੀਲਾ। ਅੱਛਾ ਅੱਛਾ, ਮੇਰੀ ਗੱਲ ਸੁਣੋ, ਉੱਤੋਂ ਉੱਤੋਂ ਛੱਡੋ ਇਸ ਗੱਲ ਨੂੰ, ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਆਪਣਾ ਕਿਹੜਾ ਤੁਹਾਡੀ ਐਲਬਮ ਵੀ ਆਈ ਹੈ ਕੋਈ, ਕਿ ਤੁਸੀਂ ਸਿਰਫ ਸਟੇਜਾਂ ਸਟੂਜਾਂ ਲਾਉਂਦੇ ਹੋ? ਐਲਬਮ ਵੀ ਆਈ ਹੈ ਜੀ। ਬੰਬ ਕਿਹੜੀ ਹੁੰਦੀ? ਮੈਂ ਐਲਬਮ ਕਿਹਾ। ਬੰਬ ਜੱਟ ਗਾਣਾ ਸੁਣਿਆ ਜੀ? ਹਾਂਜੀ, ਆਪਣੀ ਚੇਲੇ ਨੇ ਲਿਖਿਆ, ਲਿਖਣੇ ਦੇਖ ਲਓ ਤੁਸੀਂ, ਕਹਿ ਦਿੱਤਾ ਬਾਅਦ ਫਸ ਜਾਣਾ ਤੁਸੀਂ। ਨਹੀਂ ਨਹੀਂ, ਆਪਣੇ ਚੇਲੇ ਨੇ ਲਿਖਿਆ ਜੀ, ਮੈਂ ਨਹੀਂ ਲਿਖਿਆ। ਕੀ ਨਾਮ ਹੈ ਉਹਦਾ? ਬੰਬ ਜੱਟ। ਗਾਣੇ ਦਾ ਨਹੀਂ ਜਿਹਨਾਂ ਲਿਖਿਆ? ਹੈਂ? ਜਿਹਨਾਂ ਲਿਖਿਆ? ਰਾਸ਼ਨ ਕਾਰਡ ਬਣਾ ਕੇ ਦੇਣਾ? ਮੈਂ ਵੀ ਕੋਈ ਲਿਖਾ ਲਾਂਗਾ ਜੀ। ਹੈਂ? ਮੈਂ ਵੀ ਲਿਖਾ ਲਾਂਗਾ ਕੋਈ ਗਾਣਾ। ਪੁੱਤਰ, ਜਿਹੜੇ ਤੇਰੇ ਖਿਲਾਫ ਕੇਸ ਲਿਖੇ ਨਾ ਪਹਿਲੇ, ਉਹ ਸੋਲਵ ਕਰਾ ਲਾ। ਹਾਂ, ਤੇ ਤੇਰੇ ਵਰਗੇ ਵੀਡੀਓ 'ਚ ਕੰਮ ਜਗਦੀਪ ਰੰਧਾਵੇ ਨਹੀਂ ਕਰ ਸਕਦੇ ਆ। ਚੱਲ ਇੱਧਰ ਹੋ। ਪਰ ਚਲੋ ਵੀ, ਸਾਰੇ ਆਰਟਿਸਟ ਇੱਕੋ ਜਿਹੇ ਹੀ ਹੁੰਦੇ ਆ, ਛੱਡੋ ਉਸ ਗੱਲ ਨੂੰ। ਤੁਸੀਂ ਸਾਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਐਲਬਮ ਵੀ ਆਈ ਹੈ ਤੁਹਾਡੀ, ਕਿਹੜੀ ਐਲਬਮ ਪਹਿਲੀ ਆਈ ਸੀ ਤੁਹਾਡੀ? ਮੇਰੀ ਐਲਬਮ ਬੰਬ ਫੇਰ ਹੋਈ। ਨਹੀਂ ਨਹੀਂ, ਜਦੋਂ ਬੰਬ ਫੜਦਾ ਨਾ, ਗੰਦਾ ਜਿਹਾ ਬੰਬ ਜਦੋਂ ਫੜਦਾ, ਉੱਥੇ ਬਲਾਸ਼ ਹੁੰਦਾ, ਉਹਦੇ ਲਾਗੇ ਤਾਂ ਨਹੀਂ ਗਏ ਸੀਗੇ ਕਦੀ? ਤੇ ਜਿਹੜੇ ਬੰਬ ਦੇ ਉੱਪਰ ਹੋਰ ਬੰਨੇ ਹੁੰਦੇ ਨਾ ਸੇਬਾ, ਡੋਰੀ ਡੋਰੀ ਬੰਨੀ ਹੁੰਦੀ ਹਾਂ ਜੀ, ਇਹੋ ਜਿਹੇ ਨਾ ਸਰਕਾਰ ਕੋਲ 2 ਲੱਖ ਰੁਪਈਆ ਲੈਣ ਵਾਸਤੇ ਜਾਣਗੇ ਬੰਬ ਵਾਲੀ ਜਗ੍ਹਾ ਤੇ ਚੱਲ ਜਾਂਦੇ। ਸਰਕਾਰ ਕੋਲ 2 ਲੱਖ ਰੁਪਈਆ ਮਿਲਣਾ, ਤੁਹਾਨੂੰ ਤੁਹਾਡਾ ਦਿਮਾਗ ਠੀਕ ਹੈ? ਮਤਲਬ ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਐਲਬਮ ਕਿਹੜੀ ਸੀ ਤੁਹਾਡੀ, ਕੀ ਨਾਮ ਸੀ ਐਲਬਮ? ਦੇਖੋ ਜੀ, ਪਹਿਲਾਂ ਤਾਂ ਕਿਉਂਕਿ ਮੈਂ ਚਾਹੁੰਦਾ ਜੀ ਸ਼ੁਰੂ ਦੱਸਿਆ ਜਾਵੇ ਸਾਰਾ ਕੁਝ। ਪਹਿਲਾਂ ਜਿਹੜੇ ਚੇਲੇ ਸੀ ਉਹਨਾਂ ਨੇ ਕੀ ਕੀਤਾ, ਫਿਰ ਉਸ ਤੋਂ ਬਾਅਦ ਸਾਡੀ ਵਾਰੀ ਆਈ, ਫਿਰ ਸਾਡੇ ਜਾਂ ਅੱਗੇ? ਨਹੀਂ ਨਹੀਂ, ਸਿਰਫ ਤੁਸੀਂ ਸਾਨੂੰ ਇਹ ਦੱਸੋ, ਕਾਲੀ ਭਰਾ ਇੰਨਾ ਟਾਈਮ ਨਹੀਂ ਹੈਗਾ, ਜੋ ਕਾਲੀ ਦਾ ਗੱਲ ਕਰ ਰਿਹਾ, ਜੋ ਸਾਹਿਬ ਜੀ ਨੇ ਪੁੱਛਿਆ ਉਹ ਦੱਸ, ਉਹ ਕਾਲੀ ਕਾਲੀ ਦੱਸ ਕਿ ਪਹਿਲੀ ਐਲਬਮ ਕਿਹੜੀ ਸੀ ਤੇਰੀ? ਪੀਤੇ। ਜਿੱਦਾਂ ਇੱਕ ਗਾਣਾ ਤੁਸੀਂ ਸੁਣਿਆ ਹੋਣਾ ਗਜ਼ਲ, ਕਿਹੜੀ? ਬਿਨਾ ਪੀਤੇ, ਮੈਂ ਪੀਤੇ ਕਰਤਾ ਕੱਲਾ। ਅੱਛਾ ਅੱਛਾ, ਪੀਤੇ। ਅੱਛਾ, ਇਹ ਗਜ਼ਲ ਮੈਂ ਸੁਣੀ ਹੈ। ਇਹ ਤੁਹਾਡੀ? ਮੈਂ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਮਤਲਬ। ਅੱਛਾ ਅੱਛਾ, ਇਹ ਸੁਣਾਓਗੇ ਗਜ਼ਲ? ਮੇਰੀ ਬੜੀ ਮਨਪਸੰਦ ਗਜ਼ਲ ਹੈ। ਠੀਕ ਹੈ ਜੀ, ਸੁਣਾਓ ਜੀ। 1000 ਰੁਪਏ ਲੱਗੂ। ਹੈ? 1000 ਰੁਪਏ ਲੱਗੂ। ਹਾਲਾਂਕਿ ਮੂੰਹ ਤੁਹਾਡਾ 300 ਵਾਲਾ। 300 ਹੀ ਦੇ ਦਿਓ, ਹੈਗਾ ਕੋਲੇ? ਤੁਸੀਂ ਗਾਣਾ ਸੁਣਾਓ, ਮੈਂ ਤੁਹਾਡੇ ਤੋਂ ਉੱਤੋਂ ਵਾਰ ਕੇ ਹੋਰ ਨੂੰ ਫੜਾ ਦਿਆਂਗਾ। ਠੀਕ ਹੈ ਜੀ। ਬਿਨਾ ਪੀਤੇ ਆਹਾ ਜਿਹਦੀ ਖਾਤਰ, ਬਿਨਾ ਪੀਤੇ ਜਿਹਦੀ ਖਾਤਰ, ਮੈਂ ਹਰ ਦਮ ਢੋਲਦਾ ਰਹਿਣਾ, ਬਿਨਾ ਪੀਤੇ ਜਿਹਦੀ ਖਾਤਰ, ਮੈਂ ਹਰ ਦਮ ਢੋਲਦਾ ਰਹਿਣਾ, ਹੋ ਗੁੰਜਲਾਂ ਪਾ ਕੇ ਤੂੰ
ਹੋ ਗੁੰਜਲਾ ਪਾ ਕੇ ਤੁਰ ਜਾਂਦੇ ਮੈਂ ਗੰਢੋਂ ਖੋਲ ਦਾ ਇਹ ਕੜ ਗਈ ਰਹਿੰਦਾ ਬਿਨਾ ਪੀਤੇ ਜਿਹਦੀ ਖਾਤਰ ਮੈਂ ਹਰ ਦਮ ਡੋਲ ਦਾ ਪੁੱਤਰ ਦੱਸ ਇਹਦਾ ਵੀ ਹੁੰਦਾ ਕਿ ਅੱਗੋਂ ਮੈਂ ਚੁੱਕਣਾ ਜਾਲੀ ਰੇਗ ਮਾਰਨਾ ਸਾਫ਼ ਕਰ ਲਈ ਦੀ ਹੁੰਦੀ ਹਾਂਜੀ ਸੁਣਾਓ ਤੁਸੀਂ ਆਪਣਾ ਮੂੰਹ ਵੀ ਰੇਗ ਮਾਰਨ ਨਾਲ ਰਗੜ ਕੇ ਦੇਖੋ ਕੀ ਪਤਾ ਥੱਲੋਂ ਲਾਲ ਨਿਕਲ ਆਵੇ ਉਹਨੇ ਤਸਵੀਰ ਚੁਰਾ ਕੇ ਲੈ ਗਿਆ ਕੋਈ ਉਹਨੇ ਤਸਵੀਰ ਭੇਜੀ ਸੀ ਚੁਰਾ ਕੇ ਲੈ ਗਿਆ ਕੋਈ ਉਹ ਦਿਲ ਦੇ ਕੋਨੇ ਵਿੱਚ ਵੜ ਕੇ ਉਹ ਦਿਲ ਦੇ ਕੋਨ ਵਿੱਚ ਵੜ ਕੇ ਤੈਨੂੰ ਕਿਹਨਾਂ ਫੋਲਦਾ ਰਹਿੰਦਾ ਬਿਨਾਂ ਪੀਤੇ ਵਾਹ 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 ਕੀ ਬਾਤ ਜਿਹਦੀ ਖਾਤਰ ਕੀ ਬਾਤ ਹੈ ਕੀ ਬਾਤ ਮੈਂ ਹਰ ਦਮ ਡੋਲਦਾ ਰਹਿਣਾ ਸਿੱਖਣ ਲੱਗਾ ਜੀ ਮੈਂ ਕੈਂਚੀ ਨੀ ਲਵਾਈ ਅੱਛਾ ਅੱਛਾ ਇਧਰੋਂ ਨੀ ਲਵਾਈ ਜੀ ਜੀ ਅੱਛਾ ਚੱਪਲਾਂ ਇਧਰ ਵੱਜਦੀਆਂ ਹੁੰਦੀਆਂ ਕਈ ਵਾਰੀ ਇਧਰੋਂ ਫਰਮਾਇਸ਼ ਤੇ ਤੁਹਾਨੂੰ ਕੋਈ ਸੁਣਦੀ ਵੀ ਨਹੀਂ ਹੋਣੀ ਇਧਰਲੀ ਵੀ ਨਹੀਂ ਆਉਂਦੀ ਕੋਈ